कनेडा दे विच एक होर पंजाबी नौजवान दी हुई मौत। 16 अपना जनवरी 2023 दे विच काम करदिया काम दे हादसा हो गया उहदे नाल। तरन तारण दे पिंड करहाली दा रहण वाला सी मृतक नौजवान। परिवार दा रो रो होया बुरा हाल। ਪੁਰੇ ਤੇਜੀ ਮੈਂ ਤੋਂ ਉੱਥੇ ਤੋਂ ਡਿੱਗਾ ਸਾਨੂੰ ਪਤਾ ਲੱਗਾ ਉਹਦੇ ਵਿੱਚ ਬਾਅਦ ਉਹਦੀ ਡਿੱਠ ਹੋ ਜਾਂਦੀ ਆ। ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੀਆਂ ਅੰਤਮ ਜਿਹੜੀਆਂ ਰਸਮਾਂ ਨੇ ਸੰਸਕਾਰ ਦੀਆਂ ਉਹ ਅੱਜ ਪੂਰਾ ਸੰਸਕਾਰ ਹੋਣਾ ਆ। ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਤਰਨ ਤਾਰਨ ਦੇ ਪਿੰਡ ਕਰਹਾਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਜਗਦੀਪ ਸਿੰਘ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਹ ਵਿਆਹਿਆ ਹੋਇਆ ਸੀ। ਉਸਦੀ ਪਤਨੀ ਅਤੇ ਇੱਕ ਬੇਟਾ ਵੀ ਹੈ। ਮ੍ਰਿਤਕ ਜਗਦੀਪ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਗਿਆ ਸੀ ਅਤੇ ਉੱਥੇ ਹੀ ਕੰਮ ਕਰ ਰਿਹਾ ਸੀ। ਕੰਮ ਦੌਰਾਨ ਹੀ ਉੱਥੇ ਉਸਦੀ ਮੌਤ ਹੋ ਗਈ ਤੇ ਮ੍ਰਿਤਕ ਨੌਜਵਾਨ ਦਾ ਇੱਕ ਬੇਟਾ ਹੈ ਜੋ ਕਿ ਪਿੰਡ ਦੇ ਵਿੱਚ ਹੀ ਪਰਿਵਾਰ ਦੇ ਨਾਲ ਰਹਿੰਦਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਗਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਕੀ ਦੱਸਿਆ ਆਓ ਸੁਣਦੇ ਹਾਂ। ਸੁਰਿੰਦਰ ਸਿੰਘ ਚੱਠੀ ਕਰ ਕੀ ਗੱਲਬਾਤ ਹੋਈ ਹੈ ਜੀ? ਸਾਰੀ ਗੱਲਬਾਤ ਇੱਦਾਂ ਜੀ, ਸਾਡਾ ਨਾ ਮਹਿਮਾਨ ਸੀ, ਜਵਾਈ ਸੀ ਸਾਡਾ, 5 ਸਾਲ ਪਹਿਲਾਂ ਜਿਹੜਾ ਬਾਹਰ ਵਿਦੇਸ਼ ਦੀ ਧਰਤੀ 'ਤੇ ਗਿਆ ਸੀ। 16 ਆਪਣਾ ਜਨਵਰੀ 2023 ਦੇ ਵਿੱਚ ਕੰਮ ਕਰਦਿਆਂ ਕੰਮ ਦੇ ਹਾਦਸਾ ਹੋ ਗਿਆ ਉਹਦੇ ਨਾਲ। ਉੱਪਰੇ ਤੀਜੀ ਮੰਜ਼ਿਲ ਤੋਂ ਚੌਥੀ ਤੋਂ ਡਿੱਗਿਆ, ਸਾਨੂੰ ਪਤਾ ਲੱਗਾ ਉਹਦੇ ਵਿੱਚ ਬਾਅਦ ਉਹਦੀ ਡਿੱਠ ਹੋ ਜਾਂਦੀ ਆ, ਜੋ ਕਿ ਉਹਦੀਆਂ ਪਤਨੀ ਆ, ਸਾਡੀ ਲੜਕੀ ਜਿਹੜੀ ਆ ਉਹ ਬਾਹਰ ਹੀ ਆ ਅਤੇ ਜਿਹੜਾ ਸਾਡਾ ਬੱਚਾ ਆ ਉਹ ਸਾਡੇ ਕੋਲ ਆ, ਜਗਜੀਤ ਸਿੰਘ ਦਾ ਲੜਕਾ ਆ। ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੀਆਂ ਅੰਤਿਮ ਜਿਹੜੀਆਂ ਰਸਮਾਂ ਨੇ ਸੰਸਕਾਰ ਦੀਆਂ ਉਹ ਅੱਜ ਉਹਦਾ ਸੰਸਕਾਰ ਹੋਣਾ ਆ। ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਦੋਵੇਂ ਪਰਿਵਾਰ, ਕਿਉਂਕਿ ਜਿਹੜਾ ਇਹ ਜਗਦੀਪ ਸਿੰਘ ਆ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉੱਧਰੋਂ ਇਹਨਾਂ ਦਾ ਵੀ ਇਕਲੌਤਾ ਜਵਾਈ ਸੀ, ਲੜਕੀ ਇਕੱਲੀ ਆ, ਹੋਰ ਕੋਈ ਵੀ ਇਹਨਾਂ ਦਾ ਹੈ ਨਹੀਂ ਸਾਰਾ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਇੱਥੋਂ ਦਾ ਅਤੇ ਏਜੰਸੀ ਜਿਹੜੀ ਆ ਉਹ ਵੀਜ਼ਾ ਦੇਣ ਦੀ ਇਜਾਜ਼ਤ ਦੇਵੇ ਅਤੇ ਅਸੀਂ ਜਿਹੜੀਆਂ ਅੰਤਿਮ ਜਿਹੜੀਆਂ ਰਸਮਾਂ ਉਹਦੀਆਂ ਪੂਰੀਆਂ ਕਰ ਸਕੀਏ ਅਤੇ ਉਹਦਾ ਦਰਸ਼ਨ ਮੇਲਾ ਕਰ ਸਕੀਏ, ਇਹ ਸਾਡੀ ਭਰਪੂਰ ਮੰਗ ਹੈ। ਮੇਰੇ ਨਾਲ ਕੀ ਹੋਣਾ? ਸਰਕਾਰ ਮੰਨ ਲਓ ਮੇਰੀ ਬੇਨਤੀ, ਹੱਥ ਬੰਨ ਕੇ ਮੈਂ ਤੁਹਾਡੇ ਅੱਗੇ ਹੱਥ ਬੰਨਦੀ ਆ, ਖਜਾਨੀ ਕਰਦੀ ਆ, ਗੁਰੂਆਂ ਅੱਗੇ ਕਰਦੀ, ਤੁਹਾਡੇ ਅੱਗੇ ਵੀ ਉਹੀ ਕਰਦੀ। ਤੁਸੀਂ ਉਹਨਾਂ ਵਰਗੇ ਬਣੇ ਪਿੱਛੇ ਸਾਡੀ ਗੱਲ ਸੁਣੋ ਸੁਣੋ, ਮੇਰਾ ਨਿੱਕਾ ਜਿਹਾ ਪੋਤਰਾ ਹੈ, ਤੇਰੀ ਨੂੰਹ ਉੱਥੇ ਬੈਠੀ ਆ, ਉਹੀ ਚਿੰਦੀ ਲਾਡਲੀ ਸੀ, ਦੋ ਘਰਾਂ ਚ ਮੇਰਾ ਪੋਤੀ ਚਿੰਦਾ ਲਾਡਲੀ, ਅਸੀਂ ਉੱਥੇ ਅੱਪੜਨਾ ਚਾਹੁੰਦੇ, ਛੇਤੀ ਤੋਂ ਛੇਤੀ ਸਾਨੂੰ ਉਡਪਾਵੋ, ਬੜਾ ਚਿਰ ਹੋ ਗਿਆ, ਡੇਢ ਮਹੀਨਾ ਮਹੀਨੇ ਕਿੱਥੇ ਦੇਣਾ ਸਾਨੂੰ? ਘਰ ਦੇ ਵਿੱਚ ਨਾ ਰਾਤ ਨਾ ਦਿਨ, ਕਿਉਂ ਸਾਨੂੰ ਸਰਕਾਰ ਇੰਨਾ ਸੁਣ ਦਿੰਦੇ ਤੇ ਪਾ ਦਿਓ ਤੁਹਾਡਾ। ਕੀ ਗੱਲਬਾਤ ਹੋਈ ਤੇ ਔਰ ਕਦੋਂ ਗਿਆ ਸੀ ਉੱਥੇ ਲੜਕਾ? ਜਗਦੀਪ ਸਿੰਘ ਜੀ ਸਾਡਾ ਜਵਾਈ ਸੀਗਾ, ਹਾਂਜੀ, 3.5-4 ਸਾਲ ਉੱਥੇ ਰਹਿ ਰਹੇ ਸੀਗੇ ਅਤੇ ਉੱਥੇ ਕੰਮ ਕਰਦਿਆਂ ਹਾਦਸਾ ਵਾਪਰ ਗਿਆ। ਇਹਨਾਂ ਦੀ 16 ਤਰੀਕ ਨੂੰ ਡੈਥ ਹੋ ਗਈ। ਅੱਛਾ ਜੀ। 16 ਤਰੀਕ ਨੂੰ ਡੈਥ ਹੋ ਗਈ ਅਤੇ 17 ਤਰੀਕ ਨੂੰ ਕਾਗਜ਼ ਲਾਏ ਗਏ। ਅਸੀਂ ਮੰਗ ਕਰਦੇ ਕਿ ਅਸੀਂ ਜਾ ਕੇ ਉੱਥੇ ਇਹਨਾਂ ਦਾ ਸੰਸਕਾਰ ਕਰ ਸਕੀਏ, ਅੰਤਿਮ ਰਸਮਾਂ ਕਰ ਸਕੀਏ, ਪਰ ਸਾਨੂੰ ਅਜੇ ਵੀਜ਼ਾ ਨਹੀਂ ਮਿਲ ਰਿਹਾ। ਉੱਥੋਂ ਦੀ ਸਰਕਾਰ ਤੋਂ ਵੀ ਰਿਕੁਐਸਟਾਂ ਪਾਈਆਂ, ਕਰ ਸਕੀਏ, ਉਹਦੇ ਦਰਸ਼ਨ ਕਰ ਸਕੀਏ, ਸਾਡੀ ਇਹੋ ਬੇਨਤੀ ਹੈ, ਇਹ ਮੰਗ ਹੈ। ਬੇਟਾ ਉਹਨਾਂ ਦਾ ਇੱਥੇ ਹੈ ਜੀ? ਉਹਨਾਂ ਦਾ ਬੇਟਾ ਇੱਥੇ ਹੈ ਜੀ, ਹਰਮਾਨ ਸਿੰਘ, ਦੀਪ ਸਿੰਘ ਦਾ ਬੇਟਾ ਹਰਮਾਨ ਸਿੰਘ, 9 ਸਾਲ, ਅਮਰ ਸਿੰਘ ਜੀ। ਕੀ ਗੱਲ ਹੋਈ ਅੰਕਲ ਸਾਰੀ? ਦੇਖੋ ਜੀ, ਉੱਥੋਂ ਤਕਰੀਬਨ 4 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸੀ ਅਤੇ ਉੱਥੇ ਕੰਮ ਕਰਦੇ ਸੀ। ਤੀਸਰੀ ਮੰਜ਼ਿਲ ਤੋਂ ਪੈਰ ਫਸਲ ਗਿਆ, ਔਰ ਫਿਰ ਪਰਨੇ ਵੱਜੇ ਆ ਅਤੇ 16 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਉਹਦੇ ਬੱਚੇ ਸਮੇਤ, ਉਹਦਾ ਬੱਚਾ ਇੱਥੇ ਸਾਡੇ ਕੋਲ ਆ ਅਤੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਸਕੇ। A1 ਮੀਡੀਆ ਲਈ ਤਰਨ ਤਾਰਨ ਤੋਂ ਰਾਜਵਿੰਦਰ ਰਾਜੂ ਦੀ ਖਾਸ ਰਿਪੋਰਟ।